ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 357ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਗਊਘਾਟ ਤੋਂ ਬਾਅਦ ਦੁਪਹਿਰ 1 ਵਜੇ ਦੇ ਗਰੀਬ ਅਰਦਾਸ ਉਪਰੰਤ ਇੱਕ ਅਲੌਕਿਕ ਨਗਰ ਕੀਰਤਨ ਆਰੰਭ ਹੋਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ 5 ਪਿਆਰਿਆਂ ਦੀ ਅਗਵਾਈ ਦੇ ਹੇਠ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ 'ਚੋਂ ਹੁੰਦਾ ਆਇਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪਹੁੰਚ ਰਿਹਾ, ਔਰ ਜਿੱਥੇ ਰਸਤੇ ਵਿੱਚ ਦੇਸ਼ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਅਤੇ ਬਿਹਾਰ ਵਾਸੀਆਂ ਵੱਲੋਂ ਇਸ ਨਗਰ ਕੀਰਤਨ ਦਾ ਫੁੱਲਾਂ ਦੀਆਂ ਵਰਖਾ ਕਰਕੇ, ਵਿਸ਼ੇਸ਼ ਸਜਾਵਟਾਂ ਕਰਕੇ, ਤਰ੍ਹਾਂ ਤਰ੍ਹਾਂ ਦੇ ਲੰਗਰ ਵਰਤਾ ਕੇ ਬੇਹੱਦ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵੀ ਨਗਰ ਕੀਰਤਨ ਦੇ ਸਵਾਗਤ ਦੀਆਂ ਬੇਹੱਦ ਸੁੰਦਰ ਤਸਵੀਰਾਂ, ਬੇਹੱਦ ਸ਼ਾਨਦਾਰ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਉਹ ਰਸਤੇ 'ਚੋਂ ਜਿੱਥੋਂ ਇਹ ਨਗਰ ਕੀਰਤਨ ਇੱਥੇ ਪਹੁੰਚ ਕੇ ਦਾਖਲ ਹੋਣ ਜਾ ਰਿਹਾ, ਸੰਪੰਨ ਹੋ ਜਾ ਰਿਹਾ। ਉੱਥੇ ਫੁੱਲਾਂ ਦੀ ਬੇਹੱਦ ਸੁੰਦਰ ਸਜਾਵਟ ਕੀਤੀ ਗਈ ਹੈ, ਦੀਪਮਾਲਾ ਕੀਤੀ ਗਈ ਹੈ, ਔਰ ਸੰਗਤਾਂ ਚੇਰਾਬੱਧੀ ਇੱਥੇ ਬੈਠ ਕੇ ਇੰਤਜ਼ਾਰ ਕਰ। ਤੁਹਾਨੂੰ ਲੱਖ ਲੱਖ ਵਧਾਈਆਂ। ਦੇਖੋ, ਇਹ ਖੁਸ਼ੀ ਦਾ ਦਿਨ ਹੈ, ਇਸ ਤੋਂ ਵੱਡੀ ਕੀ ਹੋ ਸਕਦੀ ਹੈ, ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਤਨ ਦਰਸ਼ਨੀ ਡਿਓੜੀ ਦੇ ਬਾਹਰ ਪਹੁੰਚ ਚੁੱਕੀ ਹੈ, ਚੰਦ ਪਲ ਹੋਰ ਲੱਗਣਗੇ। ਗੁਰੂ ਸਾਹਿਬ ਦਾ ਪਾਵਨ ਸਰੂਪ ਇਸ ਪੁਰਾਤਨ ਦਰਸ਼ਨੀ ਡਿਓੜੀ ਦੇ ਰਾਹੀਂ ਅੰਦਰ ਲਿਆਂਦਾ ਜਾਊ। ਸ਼ਬਦੀ ਜਥੇ ਲਗਾਤਾਰ ਸੜਕਾਂ ਤੇ ਕਿਤੇ ਤਿਲ ਰੱਖਣ ਨੂੰ ਜਗ੍ਹਾ ਨਹੀਂ ਮਿਲ ਰਹੀ। ਸਨਮਾਨ ਕੀਤਾ ਜਾ ਰਿਹਾ ਪੰਥਕ ਸ਼ਖਸੀਅਤਾਂ ਦਾ, ਪਰ ਸਾਹਿਬ ਦੇ ਭੋਗ ਪਾਏ ਜਾਣਗੇ। ਤੋ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ। ਤੋ 5 ਪਿਆਰੇ ਸਹਿਬਾਨ ਦਸਵੀਂ ਡਿਓੜੀ ਦੇ ਬਾਹਰ ਪਹੁੰਚ ਚੁੱਕੇ ਨੇ, ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਉ ਭੇਟ ਕੀਤੀ। ਪੰਜ ਪਿਆਰੇ ਸਹਿਬਾਨ ਅੰਦਰ ਪਹੁੰਚ ਚੁੱਕੇ ਨੇ, ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਉ ਭੇਟ ਕੀਤੇ ਜਾ ਰਹੇ ਨੇ। ਫੁੱਲਾਂ ਦੀ ਵਰਖਾ ਤੇ ਗੁਰੂ ਸਾਹਿਬ ਦਾ ਪਾਵਨ ਸਰੂਪ ਜੁਗੋ ਜੁਗੋ ਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਥੇ ਪਹੁੰਚ ਚੁੱਕਿਆ ਹੈ। ਆਰਤੀ ਦੀ ਰਸਮ ਜਿਹੜੀ ਪੂਰੀ ਕੀਤੀ ਜਾ ਰਹੀ ਹੈ, ਕਿਉਂਕਿ ਇੱਥੋਂ ਦੀ ਪੁਰਾਤਨ ਪਰੰਪਰਾ, ਜਦੋਂ ਨਗਰ ਕੀਰਤਨ ਸੰਪੂਰਨ ਹੁੰਦਾ ਤਾਂ ਪੁਰਾਤਨ ਦਰਸ਼ਨੀ ਡਿਓੜੀ 'ਚ ਅੰਦਰ ਦਾਖਲ ਹੋਣ ਮੌਕੇ ਇੱਥੋਂ ਦੇ ਸਨਾਤਨੀ ਲੋਕਾਂ ਵੱਲੋਂ ਆਰਤੀ ਕੀਤੀ ਜਾਂਦੀ ਹੈ। ਬੇਹੱਦ ਸ਼ਰਧਾ ਭਾਵਨਾ, ਬੇਹੱਦ ਸਤਿਕਾਰ ਜਿਹੜਾ ਉਹ ਭੇਟ ਕੀਤਾ ਜਾਂਦਾ ਹੈ। ਤੋ ਬੇਹਰ ਅਲੌਕਿਕ ਨਜ਼ਾਰਾ, ਸ਼ਾਨਦਾਰ ਪਲ, ਨਗਰ ਕੀਰਤਨ ਸੰਪੂਰਨ ਹੋ ਚੁੱਕਿਆ ਹੈ, ਗੁਰੂ ਸਾਹਿਬ ਦਾ ਪਾਵਨ ਸਰੂਪ ਪੁਰਾਤਨ ਦਰਸ਼ਨੀ ਜੋੜੀ ਦੇ ਰਾਹੀਂ ਜਿਹੜਾ ਅੰਦਰ ਲਿਆਂਦਾ ਜਾ ਚੁੱਕਿਆ ਹੈ। ਬੜਾ ਅਦਭੁਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਜੀ, ਨਗਰ ਕੀਰਤਨ ਸੰਪੂਰਨ ਹੋਇਆ। ਇਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 357 ਪ੍ਰਕਾਸ਼ ਉਤਸਵ ਗੁਰਪੁਰਬ ਮਨਾਇਆ ਜਾ ਰਿਹਾ ਹੈ। ਦੂਰੋਂ ਨੇੜੋਂ ਸੰਗਤਾਂ ਸਾਰੇ ਤਖ਼ਤ ਸਾਹਿਬ 'ਤੇ ਹਾਜ਼ਰੀਆਂ ਗੁਰਪੁਰਬ 'ਚ ਮਨਾ ਰਹੀਆਂ ਹਨ। ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈੱਡ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ, ਇਹਨਾਂ ਵੱਲੋਂ ਸਮੁੱਚੀ ਮਾਨਵਤਾ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੀ ਮੁਬਾਰਕਬਾਦ ਦਿੱਤੀ ਗਈ ਹੈ, ਸ਼ੁਭ ਕਾਮਨਾਵਾਂ ਭੇਟ ਕੀਤੀਆਂ ਗਈਆਂ ਨੇ। ਜੁਗੋ ਜੁਗੋ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੁਰਾਤਨ ਦਰਸ਼ਨੀ ਜੋੜੀ ਦੇ ਅੰਦਰ ਰਾਹੀਂ ਅੰਦਰ ਦਾਖਲ ਹੋ ਚੁੱਕਿਆ। ਬੇਹੱਦ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ, ਇੱਤਰ ਦੀ ਸਪਰੇ, ਜੈਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਨਗਰ ਕੀਰਤਨ ਜੋ ਗੁਰਦੁਆਰਾ ਗਊ ਘਾਟ ਤੋਂ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਹੋਇਆ ਸੀ, ਇਸ ਵੇਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋ ਚੁੱਕੇ। ਔਰ ਗੁਰੂ ਕੀ ਲਾਡਲੀ ਫੌਜਾਂ, ਇੱਕ ਤਸਵੀਰ ਬਾਹਰ ਦੀ ਦਸ਼ਰੀ ਓੜੀ ਦੇ ਬਾਹਰ ਦੀ, ਗੁਰੂ ਕੀ ਲਾਡਲੀ ਫੌਜਾਂ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਪੂਰੇ ਜੋਸ਼ ਦੇ ਨਾਲ, ਜੋ ਹੈ ਇਸ ਵੇਲੇ ਨਜ਼ਰ ਆ ਰਹੀਆਂ ਨੇ। ਤਾਂ ਗਏ ਅੰਦਰ ਜਾ ਕੇ ਦਰਸ਼ਨ ਕਰਨ ਦੀ, ਇਹੀ ਤਾਂਗ ਦੇਸ਼ ਵਿਦੇਸ਼ਾਂ ਤੋਂ ਇੱਥੇ ਖਿੱਚ ਕੇ ਲੈ ਕੇ ਆਈ ਹੈ। ਬੇਹੱਦ ਅਦਭੁਤ ਨਜ਼ਾਰਾ ਅੱਜ ਪਟਨਾ ਸਾਹਿਬ ਦੀ ਪਾਵਨ ਧਰਤੀ ਦੇਖਣ ਨੂੰ ਮਿਲਿਆ, ਇੱਕ ਵੱਖਰਾ ਅਲੌਕਿਕ ਨਜ਼ਾਰਾ ਜਿਹੜਾ ਇੱਥੇ ਦੇਖਣ ਨੂੰ ਮਿਲਿਆ। ਸੰਗਤਾਂ ਬੇਹੱਦ ਚਾਵਾਂ ਮਲਾਰਾਂ ਦੇ ਨਾਲ ਨਗਰ ਕੀਰਤਨ ਸ਼ਮੂਲੀਅਤ ਕਰਨ ਲਈ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਸਮਾਗਮਾਂ 'ਚ ਹਿੱਸਾ ਲੈਣ ਦੇ ਲਈ, ਔਰ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਅਸਥਾਨ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇੱਥੇ ਪਹੁੰਚ ਰਹੀਆਂ ਨੇ। ਤੋ ਇਸੇ ਤਰ੍ਹਾਂ ਲਗਾਤਾਰ ਅਸੀਂ ਵੱਖ ਵੱਖ ਸਮਾਗਮਾਂ ਦੀਆਂ ਤਸਵੀਰਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ, PTC ਨਿਊਜ਼, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ।